ਸਾਡੀ ਕਿਤੇ ਨਾ ਕਿਤੇ ਜਿਹੜੀ ਸੋਚ ਆ ਨਾ ਡੈਮੋਕ੍ਰੇਸੀ ਦੇ ਲਈ, ਉਹ ਪੂਰੀ ਸਹੀ ਨਹੀਂ, ਔਰ ਲੀਡਰਾਂ ਦਾ ਕਿਰਦਾਰ ਵੀ ਸਹੀ ਨਹੀਂ, ਇਸ ਕਰਕੇ ਹੋ ਰਿਹਾ। ਇਹ ਦੋ ਕਾਰਨ ਨੇ, ਔਰ ਇਹ ਬੜੀ ਮੰਦਭਾਗੀ ਗੱਲ ਆ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹੁੰਦੇ ਆ, ਪਰ ਇਹ ਜਿਹੜਾ ਅੰਮ੍ਰਿਤਪਾਲ ਦਾ ਔਰ ਸਰਬਜੀਤ ਦਾ ਜਿੱਤਣਾ ਸੀ, ਇਸ ਡਿਊ ਟੂ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੀਆਂ ਗਲਤੀਆਂ ਅਤੇ ਉਹਨਾਂ ਦੀਆਂ ਕਮੀਆਂ, ਉਹਨਾਂ ਦੀ ਆਪਣੀ ਜਿਹੜੀ ਸਮਰਪਣ ਹੁੰਦਾ ਨਾ ਕੌਮ ਦੇ ਲਈ, ਧਰਮ ਦੇ ਲਈ, ਉਹ ਨਹੀਂ। ਪਹਿਲਾਂ ਇਹ ਹੁੰਦਾ ਸੀ ਅਕਾਲੀ ਦਲ 'ਚ, ਹੁਣ ਨਹੀਂ ਆ। ਇਸ ਲਈ ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਆ। ਮੈਂ ਅੱਜ ਵੀ ਇੱਥੇ ਬੈਠ ਕੇ ਕਹਿਣਾ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ, ਨਿਗਾਰ ਦੀ ਤਰਫ ਜਾਣਾ, ਇੱਕ ਬੜੀ ਮੰਦਭਾਗੀ ਗੱਲ ਆ। ਇਹ ਸੋਚ ਠੀਕ ਨਹੀਂ ਹੈ, ਅਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਹੀ ਇਹ ਗੱਲ ਕਹਿਣਗੇ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਅਤੇ ਮੈਂ ਹੁਣ ਇਹਦੇ ਬਹੁਤ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ, ਅਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ। ਹਾਂ, ਸੁਖਬੀਰ ਬਾਦਲ ਜਾ ਕੇ ਕਹਿ ਦੇਵੇ ਕਿ ਸਾਡੀ ਵੀ ਪਾਰਟੀ ਚਲਾ ਦਿਓ, ਚਲਾ ਦਿਆਂਗੇ, ਵਧੀਆ ਚੱਲੋ। ਸਾਡੀ ਕਿਤੇ ਨਾ ਕਿਤੇ ਜਿਹੜੀ ਸੋਚ ਆ ਨਾ ਡੈਮੋਕ੍ਰੇਸੀ ਦੇ ਲਈ, ਉਹ ਪੂਰੀ ਸਹੀ ਨਹੀਂ, ਔਰ ਲੀਡਰਾਂ ਦਾ ਕਿਰਦਾਰ ਵੀ ਸਹੀ ਨਹੀਂ, ਇਸ ਕਰਕੇ ਹੋ ਰਿਹਾ। ਇਹ ਦੋ ਕਾਰਨ ਨੇ, ਔਰ ਇਹ ਬੜੀ ਮੰਦਭਾਗੀ ਗੱਲ ਆ। ਪੰਜਾਬ ਦੇ ਲੋਕ ਬਹੁਤ ਸੂਝਵਾਨ ਹੁੰਦੇ ਆ, ਪਰ ਇਹ ਜਿਹੜਾ ਅੰਮ੍ਰਿਤਪਾਲ ਦਾ ਔਰ ਸਰਬਜੀਤ ਦਾ ਜਿੱਤਣਾ ਸੀ, ਇਸ ਡਿਊ ਟੂ ਸ਼੍ਰੋਮਣੀ ਅਕਾਲੀ ਦਲ, ਉਹਨਾਂ ਦੀਆਂ ਗਲਤੀਆਂ ਅਤੇ ਉਹਨਾਂ ਦੀਆਂ ਕਮੀਆਂ, ਉਹਨਾਂ ਦੀ ਆਪਣੀ ਜਿਹੜੀ ਸਮਰਪਣ ਹੁੰਦਾ ਨਾ ਕੌਮ ਦੇ ਲਈ, ਧਰਮ ਦੇ ਲਈ, ਉਹ ਨਹੀਂ। ਪਹਿਲਾਂ ਇਹ ਹੁੰਦਾ ਸੀ ਅਕਾਲੀ ਦਲ 'ਚ, ਹੁਣ ਨਹੀਂ ਆ। ਇਸ ਲਈ ਮੈਂ ਸਮਝਦਾ ਇਹ ਬਹੁਤ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਮਾਤ ਆ। ਮੈਂ ਅੱਜ ਵੀ ਇੱਥੇ ਬੈਠ ਕੇ ਕਹਿਣਾ ਕਿ ਅਕਾਲੀ ਦਲ ਦਾ ਇਸ ਤਰ੍ਹਾਂ ਖਤਮ ਹੋਣਾ, ਨਿਗਾਰ ਦੀ ਤਰਫ ਜਾਣਾ, ਇੱਕ ਬੜੀ ਮੰਦਭਾਗੀ ਗੱਲ ਆ। ਇਹ ਸੋਚ ਠੀਕ ਨਹੀਂ ਹੈ, ਅਤੇ ਜਿਹੜੇ ਪੰਜਾਬ ਨੂੰ ਸਮਝਦੇ ਆ ਉਹ ਸਾਰੇ ਹੀ ਇਹ ਗੱਲ ਕਹਿਣਗੇ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਅਤੇ ਮੈਂ ਹੁਣ ਇਹਦੇ ਬਹੁਤ ਡਿਟੇਲ 'ਚ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੈਂ ਤਾਂ ਆਪਣੀ ਪਾਰਟੀ ਦੀ ਗੱਲ ਕਰਨੀ ਹੈ, ਅਤੇ ਮੈਂ ਉਹਨਾਂ ਦੀ ਗੱਲ ਕਰਨ ਲੱਗ ਜਾਈਏ। ਹਾਂ, ਸੁਖਬੀਰ ਬਾਦਲ ਜਾ ਕੇ ਕਹਿ ਦੇਵੇ ਕਿ ਸਾਡੀ ਵੀ ਪਾਰਟੀ ਚਲਾ ਦਿਓ, ਚਲਾ ਦਿਆਂਗੇ, ਵਧੀਆ ਚੱਲੋ।